फरीदकोट तो पिंडारा श्री मुक्तसर साहब नू एक जांदी सड़क है जिहड़ी दो तो तीन जिलों के करीब 50 पिंडां नू जोड़दी है। इस सड़क विचकार पिंड रत्ती रोड़ी नज़दीक एक बड़ा ड्रेन जिसनू लंगियाणा ड्रेन भी कहा जाता है लंघता है, जिस पर जो पुल बहुत पुराना बनया होया सी ओ भी भीड़ा बहुत सी, उसकी हालत भी खस्ता हो रही सी। इन्हां पिंडां दे लोकां दी भी मंग सी कि जिला प्रशासन भी इस पुल नू नवां रूप देवे। हुण जदों इस दे पुल नू बनाउण लई समां आया तां इस नू तोड़ दिता गया, पर पिछले 2 महीने तो तोड़े गए इस पुल की ठेकेदार ने शुरुआत तो की करनी सी, कुछ मटीरियल मंगवा लिया पर शुरुआत नहीं की गई, जिस करके 50 पिंडां दे लोकां दा इस पुल नू लैके काफ़ी मुश्किल बनिया होया है। बरसातां दे मौसम होण कारण स्कूली बच्चे स्कूली बसां मोटरसाइकिल इस रास्ते राही लंघण समय बड़ी मुश्किल का सामना कर रहे हैं। इस मौके पर पिंड वासी अते स्कूली बच्चों का कहना है कि उन्होंने बहुत मुश्किल का सामना करना पै रहा है। ये पुल जी अपना जिला मुक्तसर साहब नूं ते सराय नगर नूं इत्थों दी जुड़दा जी, साढ़े लोगों बहुत वड्डी समस्या है जी। इस तो अगे झोने की फसल भी होनी, पढ़ने वाले बच्चे और जो भी राही इत्थों दी लंघदे उन्होंने बहुत वड्डी दिक्कत है जी। पिछले तकरीबन 2 महीनों तो यह लंघियाना ड्रेन है जी, पुल बंद पिया जी और कोई भी रास्ता नहीं गा पासे दे लंघण नूं लोगों जी। असी इस तो पहला भी एक दो वारी जाके आए हैं उच्च अधिकारियों को जी, हुण मानयोग डीसी साहब नूं मिल के संघर्ष टिक्का कीता जाऊगा। पंच मुड़ चलिया जी, प्रधान जी उधर मारो मुड़ चलिया भुलेखे ना आ गई, दुखी होए बंदे। इस तों बाद जिहड़ा भी सातों संघर्ष जिन्ना भी वध तों वध होया असीं करांगे। हुण समां ਕਿੰਨੇ ਕੁ ਪਿੰਡਾਂ ਦੇ ਲੋਕ ਆ ਜਿਹੜੇ ਪ੍ਰਭਾਵਿਤ ਹੋ ਰਹੇ ਆ? ਇਸ ਤੋਂ 50 ਪਿੰਡਾਂ ਦੇ ਲੋਕ ਇਦੋਂ ਅੱਗੇ ਵਾਲਿਆਂ ਨੂੰ ਪ੍ਰਭਾਵਿਤ ਹੋ ਰਹੇ ਜੀ। ਆਮ ਰਾਹੀ ਤਾਂ ਰੋਜ਼ਾਨਾ ਵਾਲੀ ਅਤੇ ਰੂਟ 'ਤੇ ਬੱਸਾਂ ਚੱਲਦੀਆਂ ਜੀ, ਉਹ ਵੀ ਬੰਦ ਹੋ ਜਾਂਦੇ, ਬੱਚਿਆਂ ਵਾਲੀਆਂ ਵਾਈਨਾਂ ਉਹ ਵੀ ਪਾਸੇ ਆਸੇ ਪਿੰਡਾਂ ਵੱਜਦੀ ਜਾਂਦੇ, ਬੱਚੇ ਰਹਿ ਜਾਂਦੇ ਸਕੂਲੋਂ ਜੀ। ਉਸ ਰਸਤੇ ਨੂੰ ਲੈ ਕੇ ਜਦੋਂ ਨਹੀਂ ਲੋਕਾਂ ਨੂੰ ਪਤਾ ਹੁੰਦਾ ਬਾਹਰੋਂ ਆਉਂਦੇ ਆ ਉਹਨਾਂ ਨੂੰ ਮੜਨਾ ਪੈਂਦਾ? ਹਾਂਜੀ, ਉਹ ਵਾਪਸ ਜਾਂਦੇ ਆ ਜੀ, ਕਿਤੇ ਵੀ ਲਿਖ ਕੇ ਨਹੀਂ ਲਾਇਆ ਗਿਆ ਨਾ ਬੰਦ ਕੀਤਾ ਹੈਗਾ ਰਸਤਾ, ਵੀ ਇੱਧਰ ਰਸਤਾ ਬੰਦ ਆ ਦੱਸਿਆ ਵੀ ਨਹੀਂ ਗਿਆ ਕਿਤੇ ਵੀ। ਅਗਲਾ ਹੁਣ ਤੁਸੀਂ ਕੀ ਮੰਗ ਹੈ, ਕੀ ਟਾਈਮ ਕਰ ਦਿਓਗੇ? ਅਸੀਂ ਅੱਜ ਮਾਨਯੋਗ ਡੀਸੀ ਸਾਹਿਬ ਨੂੰ ਮਿਲ ਕੇ ਉਦੋਂ ਬਾਅਦ ਸੰਘਰਸ਼ ਤਿੱਖਾ ਕਰਾਂਗੇ ਜੀ ਇੱਥੋਂ ਅੱਗੇ ਜੀ। ਇਹ ਡਰੇਨ ਦਾ ਪੁਲ ਆ ਜਿਹੜਾ ਇਹ ਮੁਕਤਸਰ ਨਾਲ ਵੀ ਸੰਬੰਧ ਰੱਖਦਾ, ਸਾਰੇ ਪਿੰਡਾਂ ਨਾਲ ਇੱਧਰੋਂ ਆਉਣ ਜਾਣ ਦੀ ਬਹੁਤ ਦਿੱਕਤ ਹੈ। ਅਸੀਂ ਠੇਕੇਦਾਰ ਸਾਹਿਬ ਨਾਲ ਗੱਲ ਕੀਤੀ ਸੀ, ਉਹ ਆਖ ਰਹੇ ਮਹਿਕਮਾ ਨਹੀਂ ਸਾਨੂੰ ਬਣਾਉਣ ਦਿੰਦਾ। ਅਸੀਂ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਅਤੇ ਇਹ ਸਾਰਾ ਮੁੱਦਾ ਉਠਾਵਾਂਗੇ। ਅਤੇ ਮੈਂ ਜਿਹੜਾ ਆਪਣਾ ਫਰੀਦਕੋਟ ਸਕੂਲ ਦੇ ਵਿੱਚ ਪੜ੍ਹਦਾ ਜੀ, 12ਵੀਂ ਕਲਾਸ ਦੇ ਵਿੱਚ ਅਸੀਂ ਨੈੱਟ ਦੀ ਆਉਣਾ ਜਾਣਾ ਹੁੰਦਾ, ਇੱਥੋਂ ਦੀ ਸਾਡਾ ਲੰਘ ਆਈ ਨੈੱਟ, ਅਤੇ ਇੱਥੇ ਸਾਨੂੰ ਜਿਹੜੀ 2 ਮਹੀਨੇ ਤੋਂ ਲਗਾਤਾਰ ਦਿੱਕਤ ਆ ਰਹੀ ਹੈ ਜੀ। ਅਤੇ ਜਿਹੜਾ ਪੁਲ ਸੀ ਇਹ ਉਹ ਉਹਨਾਂ ਨੂੰ ਠੇਕੇਦਾਰ ਸਾਹਿਬ ਨੇ ਜਦੋਂ ਪੱਟਿਆ ਸੀ ਉਦੋਂ ਕਿਹਾ ਸੀ ਵੀ ਇਹ 15 ਦਿਨਾਂ ਦੇ ਵਿੱਚ ਲੈ ਕੇ ਮਹੀਨੇ ਵਿੱਚ ਤਿਆਰ ਕਰ ਦਿੱਤਾ ਜਾਊਗਾ ਜੀ। ਉਹਨਾਂ ਨੂੰ ਰੋਕਿਆ ਵੀ ਗਿਆ ਸੀ, ਬਰਸਾਤ ਦਾ ਮੌਸਮ ਆ ਤੁਸੀਂ ਨਾ ਛੇੜੋ ਜੀ, ਇਹ ਚੌੜਾ ਬਣਾਉਣ ਦੇ ਕਰਕੇ ਪੱਟਿਆ ਗਿਆ ਸੀ, ਪਰ ਹੁਣ ਜੀ ਉਹ ਛੱਡ ਕੇ ਭੱਜ ਚੁੱਕੇ ਆ, ਅਸੀਂ ਉੱਤੋਂ ਦੀ ਆਉਣੇ ਆ ਜੀ। ਬਰਸਾਤਾਂ ਦਾ ਮੌਸਮ ਆ, ਸਾਡੀਆਂ ਪੈਂਟਾਂ 'ਤੇ ਵੀ ਛਿੱਟੇ ਪੈ ਜਾਂਦੇ ਆ ਅਤੇ ਸਾਡੀ ਯੂਨੀਫਾਰਮ ਵੀ ਗੰਦੀ ਹੋ ਜਾਂਦੀ ਹੈ। ਇਸੇ ਸਾਡੀ ਇਹੀ ਮੰਗ ਆ ਵੀ ਇਹਨੂੰ ਜੀ ਜਲਦ ਤੋਂ ਜਲਦ ਬਣਾਇਆ ਜਾਵੇ। ਹਾਂਜੀ, ਇੱਕ ਦੋ ਵਾਰੀ ਅਸੀਂ ਡਿੱਗ ਵੀ ਪਏ ਸੀ ਪਰ ਸਾਡੇ ਕੋਈ ਸੱਟ ਨਹੀਂ ਲੱਗੀ, ਅਸੀਂ ਬਚ ਗਏ ਸੀਗੇ ਜੀ। ਉਦੋਂ ਮੀਂਹ ਪੈ ਰਿਹਾ ਸੀ, ਪਿੱਛੇ 2 ਕੁ ਦਿਨਾਂ ਦੀ ਗੱਲ ਆ, ਨਾਲ ਮੇਰੇ ਆਹੀ ਮੁੰਡਾ ਸੀਗਾ ਜੀ, ਅਸੀਂ ਡਿੱਗ ਵੀ ਪਏ ਸੀਗੇ। ਜਦੋਂ ਇਸ ਬਾਰੇ ਡੀਸੀ ਫਰੀਦਕੋਟ ਡਾਕਟਰ ਰੋਹੀ ਦੁੱਗ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਪੁਲ ਲਈ ਸਾਰੇ ਪ੍ਰਬੰਧ ਮੁਕੰਮਲ ਹਨ, ਸਿਰਫ ਬਰਸਾਤਾਂ ਦਾ ਮੌਸਮ ਹੋਣ ਕਰਕੇ ਰੁਕਿਆ ਹੋਇਆ ਹੈ। ਇਸ ਦੀ ਸਥਿਤੀ ਦੇਖ ਕੇ ਜਲਦੀ ਇਸ ਨੂੰ ਚਾਲੂ ਕਰਵਾਇਆ ਜਾਵੇਗਾ। ਲੋਕਾਂ ਦੀ ਇੱਕ ਜਿਹੜੀ ਹੈ ਇਹ ਦਰਖਾਸਤ ਆਈ ਹੈਗੀ ਕਿ ਕੁਛ ਏਰੀਆ ਹੈ ਡਰੇਨ ਦਾ ਜਿਹੜਾ ਕਿ ਸਾਫ਼ ਨਹੀਂ ਹੋਇਆ ਹੈ, ਉਹ ਅਸੀਂ ਡਰੇਨੇਜ ਡਿਪਾਰਟਮੈਂਟ ਤੋਂ ਚੈੱਕ ਕਰਵਾ ਲਾਂਗੇ ਕਿ ਜਿਹੜੇ ਸਾਡੇ ਅਪਰੂਵਡ ਕੰਮ ਸੀਗੇ ਕਿ ਉਹਨਾਂ ਵਿੱਚੋਂ ਹੀ ਇਹ ਕੰਮ ਸੀਗਾ, ਤਾਂ ਜੇਕਰ ਇਹ ਸਾਫ਼ ਨਹੀਂ ਹੋਇਆ ਤਾਂ ਉਹਦੀ ਤੁਰੰਤ ਸਫਾਈ ਕਰਾ ਲਈ ਜਾਏਗੀ। ਦੂਸਰਾ ਇਹਨਾਂ ਦਾ ਇੱਕ ਮੁੱਦਾ ਹੈਗਾ ਕਿ ਉੱਥੇ ਜਿਹੜਾ ਪੁਲ ਹੈ ਉਹਦਾ ਕੰਮ ਸ਼ੁਰੂ ਕਰਵਾਇਆ ਜਾਵੇ। ਬਾਰਿਸ਼ਾਂ ਕਰਕੇ ਜਿਹੜਾ ਉਹ ਕੰਮ ਰੁਕਿਆ ਹੋਇਆ ਹੈ, ਤਾਂ ਉਹਦਾ ਆਲਟਰਨੇਟਿਵ ਰੂਟ ਵੀ ਕ੍ਰੀਏਟ ਕੀਤਾ ਹੋਇਆ ਹੈ। ਮੈਂ ਆਪਣੇ ਇੱਕ ਆਫਿਸਰ ਨੂੰ ਡਿਊਟੀ 'ਤੇ ਲਗਾਇਆ ਹੈ, ਉਹ ਮੌਕਾ ਦੇਖਣਗੇ ਅਤੇ ਉਸ ਹਿਸਾਬ ਦੇ ਨਾਲ ਡਿਸਾਈਡ ਕਰ ਲੈਣਗੇ ਕਿ ਜੇ ਹੁਣ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪੁਲ ਬਣਾਉਣ ਦਾ, ਤਾਂ ਉਹ ਅਸੀਂ ਫਿਰ ਤੋਂ ਸ਼ੁਰੂ ਕਰ ਲੈਂਦੇ ਹਾਂ। ਮੈਂ SDM ਕੰਸਰਨ ਨੂੰ ਬੋਲਿਆ ਹੈ, ਉਹ ਮੌਕਾ ਦੇਖ ਲੈਣਗੇ ਤਾਂ ਜਿਹੜਾ ਵੀ ਆਲਟਰਨੇਟਿਵ ਰੂਟ ਹੈ, ਜੇ ਥੋੜ੍ਹਾ ਜ਼ਿਆਦਾ ਲੰਬਾ ਵੀ ਪੈਂਦਾ ਹੈਗਾ ਪਰ ਜਿਹੜਾ ਵੀ ਸੇਫ ਰੂਟ ਹੈ ਉੱਥੇ ਜਾਣ ਦੇ ਲਈ, ਉਹ ਉੱਥੇ ਕੋਈ ਨਾ ਕੋਈ ਚੱਲਦਾ ਕਰਾ ਦਾਂਗੇ। ਲੋਕਾਂ ਦਾ ਇਹ ਵੀ ਕਹਿਣਾ ਜੀ ਕਿ ਜੇਕਰ ਰੁਕਣਾ ਜਦੋਂ ਬਾਰਿਸ਼ਾਂ ਦਾ ਟਾਈਮ ਸੀਗਾ ਅਤੇ ਉਹ ਜਿਹੜਾ ਪਹਿਲਾਂ ਪੁਲ ਆ ਉਹ ਟੁੱਟ ਗਿਆ ਹੁੰਦੇ, ਅੱਗੇ ਕਰ ਲੈਂਦੇ ਜਾਂ ਪਿੱਛੇ ਕਰ ਲੈਂਦੇ? ਪਹਿਲਾਂ ਵੀ ਕੁਛ ਲੋਕਾਂ ਵੱਲੋਂ ਇਹੀ ਦਰਖਾਸਤ ਆਈ ਸੀਗੀ ਅਤੇ ਉਹਨਾਂ ਨੇ ਉਸ ਵੇਲੇ ਇਹ ਕਿਹਾ ਸੀਗਾ ਕਿ ਕੰਮ ਨੂੰ ਨਾ ਕਰਵਾਇਆ ਜਾਵੇ। ਸੋ ਹੁਣ ਇਹ ਹੈ ਕਿ ਮੌਕਾ ਦੇਖ ਕੇ ਅਸੀਂ ਜਿਹੜਾ ਹੈਗਾ ਗਰਾਊਂਡ 'ਤੇ ਕੀ ਸਿਚੁਏਸ਼ਨ ਹੈ ਉਸ ਹਿਸਾਬ ਦੇ ਨਾਲ ਇੱਕ ਡਿਸੀਜਨ ਲੈ ਲਵਾਂਗੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ।
ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਓਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਓਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਓਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।